ਸਤਿ ਸ਼੍ਰੀ ਅਕਾਲ ਜੀ, ਮੈਂ ਅਮ੍ਰਿਤ ਟਿਵਾਣਾ ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਫਰੰਟ। 18 ਅਕਤੂਬਰ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੀ ਅੜਬ ਮੁਟਿਆਰਾਂ, ਅਤੇ ਮੇਰੇ ਨਾਲ ਬੈਠੇ ਨੇ ਜੀ ਸੋਨਮ ਬਾਜਵਾ ਅਤੇ ਬਾਈ ਅਜੈ ਸਰਕਾਰੀਆ ਜੀ। ਮੈਮ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਪੰਜਾਬੀ ਫਰੰਟ ਦੇ ਉੱਤੇ ਬਾਈ ਜੀ, ਸਵਾਗਤ ਹੈ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਟ੍ਰੇਲਰ ਤੋਂ ਮੈਮ ਪਹਿਲਾਂ ਥੋਤੋਂ ਸਵਾਲ ਪੁੱਛਾਂਗੇ। ਟ੍ਰੇਲਰ ਦੇਖਣ ਤੋਂ ਬਾਅਦ ਲੱਗਦਾ ਵੀ ਤੁਸੀਂ ਮੁੰਡਿਆਂ 'ਤੇ ਬਹੁਤ ਜ਼ਿਆਦਾ ਸਖਤੀ ਕਰ ਰਹੇ ਹੋ ਫਿਲਮ ਦੇ ਵਿੱਚ ਬੱਬੂ ਬੈਂਸ ਬਣ ਕੇ। ਇਹੋ ਜਿਹਾ ਕਿਹੜਾ ਗੁੱਸਾ ਸੀ ਜਿਹੜਾ ਤੁਸੀਂ ਨੇ ਬੱਬੂ ਬੈਂਸ ਬਣ ਕੇ ਮੁੰਡਿਆਂ 'ਤੇ ਕੱਢਿਆ, ਅਤੇ ਬਾਈ ਜੀ ਵਿਚਾਰੇ ਸ਼ਰੀਫ ਜੇ ਲੱਗ ਰਹੇ ਨੇ, ਪੂਰਾ ਰੋਬ ਮਾਰ ਰਹੇ ਹੋ ਤੁਸੀਂ? ਕੀ ਰੋਬ ਮਾਰਿਆ ਮੈਂ? ਦੇਖੋ ਪਹਿਲਾਂ ਤਾਂ ਜਿਹੜੀ ਮੈਂ ਡੰਡਾ ਫੇਰਿਆ ਉਹ ਇਸ ਕਰਕੇ ਫੇਰਿਆ ਕਿਉਂਕਿ ਉਹ ਕੁੜੀ ਨੂੰ ਛੇੜ ਰਹੇ ਸੀ, ਹੈ ਉਹ ਹੈ ਉਹ ਸਹੀ ਆ। ਬਾਕੀ ਤੁਸੀਂ ਫਿਲਮ ਦੇਖੋ ਤਾਂ ਸਹੀ ਕਿ ਇਹ ਮੈਨੂੰ ਕਿਉਂ ਧੱਕਾ ਜੇ ਕਰਨਗੇ, ਮਾਫ਼ੀ ਮੰਗੋ ਤਾਂ ਮੈਂ ਕਿਉਂ ਮਾਫ਼ੀ ਮੰਗੂੰਗੀ, ਹੈ ਕਿ ਨਹੀਂ ਗੱਲ? ਫਿਰ ਸੋ ਉਹਦੇ ਲਈ ਤੁਸੀਂ 18 ਅਕਤੂਬਰ ਨੂੰ ਫਿਲਮ ਦੇਖੋ। ਬਟ ਮੈਂ ਕੋਈ ਜ਼ੋਰ ਜ਼ਬਰਦਸਤੀ ਕੀਤੀ ਨਹੀਂ, ਉਹ ਵੀ ਗੱਲ ਸੱਚੀ ਆ ਵੀ ਵਿਆਹ ਕਿ ਇੱਕ ਦਿਨ ਹੁੰਦਾ ਨਹੀਂ ਆ, ਅਤੇ ਲੋਕ ਵੀ ਨੂੰਹ ਰਾਣੀ ਨੂੰ ਚੌਂਕੇ ਚਾੜਨਾ ਵਾ, ਉੱਧਰ ਨਹੀਂ ਨੂੰਹ ਨੂੰ ਟੈਨਸ਼ਨ ਹੁੰਦੀ ਵੀ ਮੈਂ ਸੋਹਣੀ ਲੱਗਣਾ ਹੈ, ਫਿਰ ਵੇਖਣ ਆਉਣਾ ਸਾਰਿਆਂ ਨੇ, ਫਿਰ ਉਹਨੂੰ ਇੱਧਰ ਵੀ ਟੈਨਸ਼ਨ ਹੁੰਦੀ ਕਿ ਯਾਰ ਉਹਨੇ ਆਹ ਬਣਾਉਣਾ ਉਹ ਬਣਾਉਣਾ, ਫਿਰ ਸਵਾਦ ਹੀ ਬਣਨਾ ਚਾਹੀਦਾ ਯਾਰ। ਤੁਹਾਨੂੰ ਕੀ ਪਤਾ, ਕੁੜੀਆਂ 'ਤੇ ਕਿੰਨਾ ਪ੍ਰੈਸ਼ਰ ਹੁੰਦਾ ਤੁਹਾਨੂੰ ਪਤਾ ਹੀ ਨਹੀਂ ਕੁਛ ਜੀ। ਇਹ ਤਾਂ ਤੁਹਾਡੇ ਸੰਗ ਤੋਂ ਥੱਲੇ ਨਹੀਂ ਉਤਰਦੀ ਬਾਈ ਜੀ, ਮੈਡਮ ਦਾ ਪੂਰੇ ਪੂਰੇ ਭਰੇ ਪਏ ਨੇ ਜਿਹੜੇ ਇਹਨਾਂ ਨੇ ਕਿਰਦਾਰ ਦੇ ਰਾਹੀਂ ਗੁੱਸਾ ਕੱਢਿਆ, ਹੈ ਨਾ? ਇਹ ਦੇਖੋ ਇਹ ਸਾਰੇ ਉਹ ਕੁੜੀਆਂ ਲਈ ਖੜੇ ਨੇ ਜਿਨ੍ਹਾਂ ਨੂੰ ਸੁਸਾਇਟੀ ਦੱਬਣ ਦੀ ਕੋਸ਼ਿਸ਼ ਕਰਦੀ ਹੈ, ਪਰ ਦੱਬਦੀਆਂ ਨਹੀਂ ਮੁਟਿਆਰਾਂ, ਦੱਬਦਾ ਕਿੱਥੇ ਹੈ ਬਾਈ ਜੀ? ਤੁਹਾਡੇ ਤੋਂ ਪੁੱਛਦੇ ਹਾਂ ਸਵਾਲ ਅਗਲਾ, ਜਿੱਦਾਂ ਦਾ ਤੁਹਾਡਾ ਫਿਲਮ ਦੇ ਵਿੱਚ ਕਿਰਦਾਰ ਆ, ਨਿੱਜੀ ਜ਼ਿੰਦਗੀ ਦੇ ਵਿੱਚ ਵੀ ਇੱਦਾਂ ਦੇ ਹੀ ਹੋ ਜਾਂ ਤੁਸੀਂ ਥੋੜ੍ਹਾ ਜਿਹਾ ਡਿਫਰੈਂਟ ਆ ਤੁਹਾਡਾ ਸ਼ੇਡ ਕੁਛ? ਮੈਂ ਯੂਜਲੀ ਸ਼ਾਂਤ ਜਿਹਾ ਹੀ ਹਾਂ, ਮੇਰਾ ਕੈਰੈਕਟਰ ਵੀ ਸ਼ਾਂਤ ਹੈ, ਸੋ ਮੈਂ ਇੱਦਾਂ ਨਹੀਂ ਬੋਲੂੰਗਾ ਕਿ ਮੈਂ ਬਿਲਕੁਲ ਹੀ ਸਿਮਿਲਰ ਹਾਂ, ਬਟ ਮੈਂ ਕਿਤੇ ਨਾ ਕਿਤੇ ਖਾਂਦਾ। ਹਾਂਜੀ ਮੈਮ, ਜਿੱਦਾਂ ਤੁਸੀਂ ਫਿਲਮਸ ਦੇ ਵਿੱਚ ਕਿਰਦਾਰ ਕਰ ਰਹੇ ਹੋ, ਬਹੁਤ ਦਮਦਾਰ ਜਿਹੜਾ ਤੁਹਾਡਾ ਕਿਰਦਾਰ ਹੁੰਦਾ ਹਰੇਕ ਫਿਲਮ ਦੇ ਵਿੱਚ, ਪਿਛਲੇ ਜੇ ਕੁਛ ਕਿਰਦਾਰਾਂ ਦੀ ਗੱਲ ਕਰੀਏ ਜਾਂ ਆਲਮੋਸਟ ਸਾਰੇ ਕਿਰਦਾਰਾਂ ਦੀ ਗੱਲ ਕਰੀਏ, ਸ਼ੇਡ ਡਿਫਰੈਂਟ ਹੁੰਦਾ, ਅਤੇ ਬਾਈ ਸਿੱਧੂ ਮੂਸੇਵਾਲੇ ਦਾ ਫਿਲਮ ਦੇ ਵਿੱਚ ਗਾਣਾ, ਹੈ ਨਾ, ਉਹ ਉਹਨਾਂ ਦਾ ਕੋਈ ਗਾਣਾ ਹੁਣ ਫਲੋਪ ਹੋ ਨਹੀਂ ਰਿਹਾ, ਬਾਈ ਦੇ ਸਾਰੇ ਗਾਣੇ ਚੱਲ ਰਹੇ ਨੇ, ਸੋ ਦੋਵੇਂ ਸੇਮ ਪਰਸਨੈਲਿਟੀਜ਼, ਕਿੱਦਾਂ ਦਾ ਮਤਲਬ ਲੱਗਿਆ ਤੁਹਾਨੂੰ, ਫੀਲ ਕਿੱਦਾਂ ਹੋਇਆ ਵੀ ਇੱਕੋ ਸਕਰੀਨ ਦੇ ਉੱਤੇ ਇਕੱਠੇ ਕੰਮ ਕਰਕੇ, ਕਿੱਦਾਂ ਦਾ ਲੱਗਿਆ? ਬਹੁਤ ਵਧੀਆ, ਔਰ ਸਿੱਧੂ ਦੇ ਗਾਣੇ ਮੈਨੂੰ ਪਰਸਨਲੀ ਵੀ ਬਹੁਤ ਪਸੰਦ ਆ, ਐਂਡ ਉਹਨਾਂ ਦਾ ਮਿਊਜ਼ਿਕ ਮੈਂ ਇੰਜੋਏ ਕਰਦੀ ਹਾਂ। ਅਤੇ ਇਸ ਫਿਲਮ ਜਦੋਂ ਆਪਾਂ ਸ਼ੂਟ ਕਰ ਲਈ, ਅਤੇ ਮੈਂ ਆਪਣੇ ਪ੍ਰੋਡਿਊਸਰ ਸਾਹਿਬ ਡਾਇਰੈਕਟਰ ਸਾਹਿਬ ਉਹਨਾਂ ਨੂੰ ਕਿਹਾ, ਮੈਂ ਕਿਹਾ ਕਿ ਉਹਨੂੰ ਇਸ ਫਿਲਮ ਦੇ ਲਈ ਨਾ ਇੱਕ ਜੋ ਆਪਾਂ ਨੂੰ ਗਾਣਾ ਚਾਹੀਦਾ, ਮੈਂ ਕਿਹਾ ਉਹ ਸਿੱਧੂ ਤੋਂ ਬੈਟਰ ਕੋਈ ਨਹੀਂ ਲਿਖ ਸਕਦਾ, ਕੋਈ ਨਹੀਂ ਕਰ ਸਕਦਾ, ਸੋ ਮੇਰੇ ਕੋਲ ਆਪਸ਼ਨ ਬੀ ਹੈ ਹੀ ਨਹੀਂ ਸੀ। ਮੈਨੂੰ ਪਤਾ ਸੀ ਕਿ ਮੈਨੂੰ ਸਿੱਧੂ ਤੋਂ ਹੀ ਗਾਣਾ ਚਾਹੀਦਾ, ਸਿੱਧੂ ਹੀ ਗਾਣਾ ਕਰੂੰਗਾ ਅੜਬ ਮੁਟਿਆਰ ਲਈ, ਅਤੇ ਐਂਡ ਆਈ ਥਿੰਕ ਯੂ ਲੱਗ ਰਹੀ ਕਿ ਉਹਨਾਂ ਨੇ ਬਹੁਤ ਕਮਾਲ ਦਾ ਲਿਖਿਆ, ਬਹੁਤ ਉਹ ਲਿਖਦੇ ਬਹੁਤ ਕਮਾਲ ਦਾ ਹੈ, ਸੋ ਉਹਨਾਂ ਨੇ ਬਹੁਤ ਵਧੀਆ ਕੀਤਾ ਆ, ਸੋ ਆਈ ਐਮ ਸੋ ਹੈਪੀ, ਮੇਰੇ ਵਨ ਲਾਈਕ ਫੇਵਰੇਟ ਆਰਟਿਸਟ 'ਚੋਂ ਇੱਕ ਆ, ਸੋ ਆਈ ਐਮ ਸੋ ਹੈਪੀ ਕਿ ਉਹਨਾਂ ਦੇ ਨਾਲ ਗਾਣਾ ਕੀਤਾ ਅਤੇ ਲੋਕਾਂ ਨੂੰ ਇੰਨਾ ਪਸੰਦ ਵੀ ਆਇਆ। ਸੋ ਬਾਈ ਜੀ, ਕਾਸਟ ਦੀ ਗੱਲ ਕਰੀਏ, ਨਿੰਜਾ ਬਾਈ ਨੇ ਫਿਲਮ ਦੇ ਵਿੱਚ ਸੋਨਮ ਮੈਮ ਨਾਲ ਤੁਸੀਂ ਕੰਮ ਕੀਤਾ, ਅਤੇ ਬਾਕੀ ਕਾਸਟ ਆ, ਕਿੱਦਾਂ ਦਾ ਫੀਲ, ਕਿੱਦਾਂ ਦਾ ਹੋਇਆ ਐਕਸਪੀਰੀਅੰਸ, ਕਿੱਦਾਂ ਦਾ ਹੋਇਆ ਵੀ ਐਜ਼ ਏ ਜਿਹੜਾ ਤੁਸੀਂ ਮੇਨ ਕਿਰਦਾਰ ਕਰ ਰਹੇ ਹੋ ਫਿਲਮ ਦੇ ਵਿੱਚ, ਨਾਲ ਕਾਸਟ ਨਾਲ ਕੰਮ ਕਰਕੇ ਕਿੱਦਾਂ ਦਾ ਲੱਗਿਆ? ਮੈਂ ਤਾਂ ਜੀ ਥਰੂ ਆਊਟ ਦ ਮੇਕਿੰਗ ਆਫ ਦ ਫਿਲਮ ਮੈਂ ਸਟਾਰ ਸਟ੍ਰਕ ਸੀਗਾ, ਮੈਂ ਇਹਨਾਂ ਸਾਰਿਆਂ ਨੂੰ ਹਜੇ ਸਿਰਫ ਸਕਰੀਨ 'ਤੇ ਹੀ ਦੇਖਿਆ ਸੀ, ਆ ਸੈੱਟ 'ਤੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਜਦੋਂ ਪਹਿਲੀ ਵਾਰ ਦੇਖਿਆ ਤਾਂ ਮੈਂ ਤਾਂ ਨਰਵਸਨੈਸ 'ਚ ਚੁੱਪ ਹੋ ਗਿਆ, ਬਸ ਦੇਖਦਾ ਰਹਿੰਦਾ ਹੁੰਦਾ ਸੀ। ਬਟ ਇਹਨਾਂ ਦੀ ਸਾਰਿਆਂ ਦੀ ਖਾਸੀਅਤ ਸਭ ਤੋਂ ਜ਼ਿਆਦਾ ਇਹ ਸੀਗੀ ਕਿ ਨੋਇੰਗ ਕਿ ਵੀ ਇਹ ਨਵਾਂ ਮੁੰਡਾ, ਇਹ ਸਾਰਿਆਂ ਨੇ ਮੈਨੂੰ ਮੇਰੇ ਸੀਨਸ ਤੋਂ ਪਹਿਲਾਂ ਹੀ ਗੱਲਾਂ ਕਰ ਕਰਕੇ ਇੱਕ ਫਰੈਂਡਲੀ ਜਿਹਾ ਮਾਹੌਲ ਮੇਰੇ ਨਾਲ ਕ੍ਰੀਏਟ ਕਰਕੇ ਮੈਨੂੰ ਇੰਨਾ ਕੁ ਜ਼ਿਆਦਾ ਕੰਫਰਟੇਬਲ ਕਰਤਾ ਕਿ ਮੈਨੂੰ ਆਊਟਸਾਈਡਰ ਜੀ ਵਰਗੀ ਫੀਲਿੰਗ ਨਹੀਂ ਆਈ। ਹਾਂ, ਇਹ ਫਿਰ ਇਹਨਾਂ ਨੇ ਸਪੋਰਟ ਬਹੁਤ ਕੀਤੀ ਮੈਨੂੰ ਥਰੂ ਆਊਟ ਦ ਫਿਲਮ। ਮੈਮ ਗੱਲਬਾਤ ਕਰੀ ਜਾਵੇ ਤੁਹਾਡੇ ਕਿਰਦਾਰ ਦੀ, ਹੈ ਨਾ, ਫਿਲਮ ਦੇ ਵਿੱਚ ਜਿਸ ਤਰ੍ਹਾਂ ਦਾ ਕਿਰਦਾਰ ਦਿਖ ਰਿਹਾ ਉਹੀ ਸ਼ੇਡ ਕੰਟੀਨਿਊ ਚੱਲਦਾ ਫਿਲਮ ਦੇ ਐਂਡ ਤੱਕ, ਜਾਂ ਕਿਤੇ ਨਾ ਕਿਤੇ ਜਾ ਕੇ ਵੀ ਕੋਈ ਐਲੀਮੈਂਟ ਅਲੱਗ ਆਉਂਦਾ ਵੀ ਜਿਹਦੇ ਨਾਲ ਤੁਹਾਨੂੰ ਲੱਗਦਾ ਵੀ ਥੋੜ੍ਹਾ ਸ਼ੇਡ ਡਿਫਰੈਂਟ ਹੋ ਗਿਆ ਜਾਂ ਮੋਲਡ ਹੋ ਗਿਆ ਕੋਈ ਨੇਚਰ? ਇਹ ਮੈਂ ਜੇ ਤੁਹਾਨੂੰ ਹੁਣੇ ਦੱਸ ਦੂੰਗੀ ਤਾਂ ਫਿਰ ਤੁਸੀਂ 18 ਨੂੰ ਕੀ ਕਰੋਗੇ? ਹੈ, ਮੈਂ ਸੱਚ ਸੱਚ ਤੋਂ ਰਿਹਾ ਨਹੀਂ ਜਾ ਰਿਹਾ ਜਿਹੜਾ ਟ੍ਰੇਲਰ ਦੇਖਣ ਤੋਂ ਬਾਅਦ, ਸਾਨੂੰ ਐਂ ਵੀ ਜਿੰਨਾ ਕੁ ਸਾਨੂੰ ਪਤਾ ਲੱਗ ਜਾਵੇ ਬਸ ਉਹ ਚੰਗਾ। ਇਹ ਤਾਂ ਤੁਸੀਂ ਨਾ ਬੱਬੂ ਬੈਂਸ ਦਾ ਨਾ ਮੈਂ ਕਹਿੰਦੀ ਹਾਂ 10% ਦੇਖਿਆ, ਹਾਲੇ 90% ਤਾਂ ਬਾਕੀ ਆ। ਤੁਸੀਂ ਇੱਕ ਵਾਰੀ ਫਿਲਮ ਥੀਏਟਰ 'ਚ ਅੰਦਰ ਤਾਂ ਜਾਓ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਕੀ ਹੋ ਰਿਹਾ, ਕੀ ਹੁੰਦਾ ਆ। ਬਾਈ ਜੀ, ਜਦੋਂ ਫਿਲਮ ਦੀ ਕਹਾਣੀ ਤੁਹਾਡੇ ਤੱਕ ਪਹੁੰਚੀ, ਲਾਈਕ ਤੁਸੀਂ ਸਟੋਰੀ ਸੁਣੀ, ਸਕ੍ਰਿਪਟ ਸੁਣੀ, ਤੁਹਾਨੂੰ ਕਿਹੜੀ ਚੀਜ਼ ਇਹੋ ਜਿਹੀ ਸੀ ਜਿਹਨੇ ਬਹੁਤ ਜ਼ਿਆਦਾ ਅਟਰੈਕਟ ਕੀਤਾ ਵੀ ਯਾਰ ਵਾਕਈ ਮੈਂ ਫਿਲਮ ਕਰਨੀ ਆ? ਫਸਟ ਆਫ ਆਲ ਤਾਂ ਮੈਨੂੰ ਇੱਦਾਂ ਕੋਈ ਇੱਦਾਂ ਔਫਰ ਨਹੀਂ ਹੋਈ ਕਿ ਬਈ ਮੈਂ ਸੁਣੀ ਹੋਵੇ ਸਟੋਰੀ ਅਤੇ ਮੈਂ ਡਿਸਾਈਡ ਕੀਤਾ ਹੋਵੇ, ਮੇਰੇ ਲਈ ਇੰਨੀ ਬਹੁਤ ਵੱਡੀ ਗੱਲ ਸੀਗੀ ਕਿ ਮੈਨੂੰ ਵਾਈਟ ਹਿੱਲ ਸਟੂਡੀਓਜ਼ ਨੇ ਇੱਕ ਓਪਰਚੁਨਿਟੀ ਦਿੱਤੀ ਮੈਨੂੰ ਉਦੋਂ, ਸੀਰੀਅਸਲੀ ਮੈਨੂੰ ਉਦੋਂ। ਤੁਸੀਂ ਨਾ ਕੈਮਰਾ ਜਰਾ ਸਾਡੇ ਪ੍ਰੋਡਿਊਸਰ ਤੇ ਘਮਾਇਓ, ਆਹ ਦੇਖੋ ਉਹ ਕਿਦਾਂ ਬੈਠੇ ਨਜ਼ਾਰੇ ਲੈ ਰਹੇ ਆ, ਮੈਂ ਕਿ ਐਕਟਰ ਸਾਡੀ ਤਾਰੀਫ ਕਰ ਰਹੇ ਆ, ਵਾਈਟ ਨੇ ਸਾਨੂੰ ਮੌਕਾ ਦਿੱਤਾ ਤੇ ਪ੍ਰੋਡਿਊਸਰ ਸਾਹਿਬ ਸਾਡੇ ਬਹੁਤ ਖੁਸ਼ ਆ ਅੱਜ। ਅਰੇ ਮੈਨੂੰ ਨਹੀਂ ਸੀ ਪਤਾ ਪਿੱਛੇ ਬੈਠੇ,
ਸੋ ਮੈਮ ਤੁਹਾਡਾ ਕਿਸ ਤਰ੍ਹਾਂ ਦਾ ਰਿਐਕਸ਼ਨ ਸੀਗਾ ਕਨਸੈਪਟ ਨੂੰ ਲੈ ਕੇ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਮੇਰਾ ਇਸ ਤਰ੍ਹਾਂ ਦਾ ਕਿਰਦਾਰ ਆ? ਕਿਉਂਕਿ ਪਿਛਲੇ ਕਿਰਦਾਰਾਂ ਦੀ ਜਿਵੇਂ ਗੱਲ ਕੀਤੀ ਹੈ ਵੀ ਤੁਸੀਂ ਚੈਲੰਜ ਐਕਸੈਪਟ ਕਰਦੇ ਹੋ, ਜਿਹੜਾ ਵੱਖਰਾ ਕਿਰਦਾਰ ਤੁਸੀਂ ਚੁਣਨ ਨੂੰ ਪਹਿਲ ਦਿੰਦੇ ਹੋ? ਮੈਂ ਬਹੁਤ ਐਕਸਾਈਟਡ ਸੀ ਪਹਿਲੀ ਗੱਲ ਤਾਂ ਇਹ ਸੁਣ ਕੇ ਕਿੱਦਾਂ ਦਾ ਲਿਖਿਆ ਗਿਆ, ਔਰ ਮਤਲਬ ਮੈਂ ਇਮੈਜਿਨ ਨਹੀਂ ਸੀ ਕੀਤਾ ਕਿ ਇੱਦਾਂ ਵੀ ਕੁੜੀਆਂ ਨੂੰ ਪ੍ਰਜੈਂਟ ਕਰ ਸਕਦੇ ਆ। ਲਾਈਕ ਯੂਜੂਅਲੀ ਮੁੰਡੇ ਦਿਖਾਉਂਦੇ ਆ ਨਾ ਕਿ ਕੁੱਟਦੇ ਫਿਰਦੇ ਆ, ਮੁੰਡੇ ਪੰਚਸ ਮਾਰ ਰਹੇ ਆ, ਹਾਂ ਮੁੰਡੇ ਇੱਦਾਂ ਕਰ ਰਹੇ ਆ, ਬੜੇ 'ਚ ਕੁੜੀ ਨੂੰ ਕੀਤਾ ਅਤੇ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਕਰਨ ਦਾ ਮੌਕਾ ਮਿਲਿਆ। ਵਾਈਟਲ ਨੇ ਮੈਨੂੰ ਮੌਕਾ ਦਿੱਤਾ, ਮੇਰੇ ਡਾਇਰੈਕਟਰ ਉਹਨਾਂ ਨੇ ਸੋਚਿਆ ਕਿ ਮੈਂ ਕਰ ਸਕਦੀ ਹਾਂ। ਸੋ ਮੈਂ ਬਹੁਤ ਐਕਸਾਈਟਡ ਸੀ ਇਸ ਕਰਕੇ, ਆਈ ਥਿੰਕ ਉਹਦੀ ਪ੍ਰੈਪਰੇਸ਼ਨ ਲਈ ਵੀ ਮੈਂ ਇੰਨੀ ਐਕਸਾਈਟਡ ਸੀ, ਉਹਦੀ ਲੁੱਕ 'ਤੇ ਵੀ ਮੈਂ ਇੰਨੀ ਮਿਹਨਤ ਕੀਤੀ, ਫਿਰ ਉਹਦੀ ਮੈਨੂੰ ਪਰਸਨਲੀ ਕਿਸੇ ਨੇ ਨਹੀਂ ਕਿਹਾ ਕਿ ਤੁਸੀਂ ਆਹ ਤਿਆਰੀ ਕਰੋ ਆਹ ਕਰੋ, ਬਟ ਮੈਂ ਇੰਨੀ ਐਕਸਾਈਟਡ ਸੀ, ਇੰਨੀ ਖੁਸ਼ ਸੀਗੀ ਅਤੇ ਮੈਂ ਚਾਹੁੰਦੀ ਸੀ ਕਿ ਮੈਂ ਪੂਰੀ ਤਰ੍ਹਾਂ ਜਸਟਿਸ ਕਰਾਂ ਫਿਰ ਇਸ ਚੀਜ਼ ਨੂੰ। ਬਾਈ ਜੀ ਸੈੱਟ ਦੇ ਉੱਤੇ ਬਹੁਤ ਚੀਜ਼ਾਂ ਜਿਹੜੀਆਂ ਨੇ ਫਨੀ ਵੀ ਹੁੰਦੀਆਂ ਨੇ, ਹਾਸੇ ਮਜ਼ਾਕ, ਕੋਈ ਇਹੋ ਜਿਹਾ ਇੰਸੀਡੈਂਸ ਹੋਇਆ ਹੋਵੇ ਸੈੱਟ ਦੇ ਉੱਤੇ ਜਿਹੜਾ ਤੁਹਾਨੂੰ ਲੱਗਦਾ ਹੋਵੇ ਯਾਰ ਇਹ ਚੀਜ਼ ਨਹੀਂ ਮੈਂ ਭੁੱਲ ਸਕਦਾ? ਦੇਖੋ ਜੀ, ਜਿਹੜੇ ਸੈੱਟ ਉੱਤੇ ਸੁਦੇਸ਼ ਲਹਿਰੀ ਸਾਹਿਬ ਹੋਣ, ਉਹ ਤੁਸੀਂ ਹੋਰ ਤੁਸੀਂ ਐਂਟਰਟੇਨਮੈਂਟ ਤੋਂ ਸਿਵਾਏ ਉੱਥੇ ਕੁਛ ਨਹੀਂ ਹੋ ਸਕਦਾ। ਇਹਨਾਂ ਨੂੰ ਪਤਾ ਇੱਕ ਦਿਨ ਅਸੀਂ ਬਹੁਤ ਲੇਟ ਤੱਕ ਸ਼ੂਟ ਕਰਦੇ ਰਹੇ, ਉੱਥੇ ਲਾਈਟ ਲੂਟ ਦੀ ਕੋਈ ਪ੍ਰੋਬਲਮ ਹੋ ਗਈ ਸੀ, ਸਾਰਿਆਂ ਦੀ ਐਨਰਜੀ ਟੁੱਟੀ ਹੋਈ, ਪਰ ਲਹਿਰੀ ਸਾਹਿਬ ਨੇ ਜੋ ਉੱਥੇ ਸ਼ੋਅ ਲਾਇਆ ਉਹ ਤਾਂ ਐਨਰਜੀ ਐਂ ਸਾਰਿਆਂ ਦੀ ਚਾਰਜ ਹੋਈ ਉਸੇ ਵੇਲੇ, ਉਹ ਰੋਜ਼ ਦਾ ਕੰਮ ਸੀ ਉਹਨਾਂ ਦਾ, ਉਹ ਬਹੁਤ ਹੁੰਦੇ। ਸੋ ਮੈਮ ਗੱਲਬਾਤ ਕਰੀ ਜਾਵੇ ਤੁਹਾਡੇ ਆਉਣ ਵਾਲੇ ਕਿਰਦਾਰਾਂ ਦੀ, ਜਾਂ ਕਿਸ ਤਰ੍ਹਾਂ ਦਾ ਤੁਸੀਂ ਅੱਗੇ ਸ਼ੇਡ ਕਰਨਾ ਚਾਹੋਗੇ, ਕਿਉਂਕਿ ਮੈਨੂੰ ਲੱਗਦਾ ਕਾਫੀ ਵੇਰੀਏਸ਼ਨ ਤੁਸੀਂ ਦੇ ਚੁੱਕੇ ਹੋ, ਕੋਈ ਨਵੀਂ ਚੀਜ਼, ਕੋਈ ਅਲੱਗ ਚੀਜ਼ ਜਿਹੜੀ ਅੱਗੇ ਤੁਸੀਂ ਸੋਚਦੇ ਹੋ ਵੀ ਯਾਰ ਉਹ ਵੀ ਕਰਾਂਗੇ ਹੁਣ? ਦੇਖੋ ਹਾਲੇ ਤਾਂ ਸਾਰੀ ਸੋਚ ਨਾ ਪੂਰੀ ਅੜਬ ਮੁਟਿਆਰਾ, ਮੈਨੂੰ ਤਾਂ ਨੀਂਦ ਸੁੱਤੇ ਹੋਏ ਵੀ ਅੜਬ ਮੁਟਿਆਰਾਂ ਦੇ ਸੁਪਨੇ ਆਉਂਦੇ ਆ, ਮੈਨੂੰ ਇੱਦਾਂ ਲੱਗਦਾ ਕਿ ਯਾਰ ਇਹ ਫਿਲਮ ਰਿਲੀਜ਼ ਹੋਣ ਵਾਲੀ ਆ, ਹਾਲੇ ਸਾਰਾ ਫੋਕਸ ਇੱਥੇ ਆ। ਬਟ ਅਗੇਨ ਮੈਂ ਸਿਰਫ ਇਹ ਕਹਿਣ ਲਈ ਨਹੀਂ ਕਹਿ ਰਹੀ, ਮੈਂ ਸੱਚੀ ਦਿਲੋਂ ਬਿਲੀਵ ਕਰਦੀ ਹਾਂ, ਮੈਨੂੰ ਇੱਦਾਂ ਲੱਗਦਾ ਕਿ ਨਾ ਮੇਰੀ ਹਾਲੇ ਸ਼ੁਰੂਆਤ ਆ, ਪਹਿਲਾਂ ਸਿਰਫ ਐਂਟਰੀ ਹੋਈ ਸੀ, ਹਾਲੇ ਮੇਰੀ ਸ਼ੁਰੂਆਤ ਆ ਅਤੇ ਹਾਲੇ ਤਾਂ ਮੈਂ ਬਹੁਤ ਕੁਛ ਕਰਨਾ ਆ ਐਂਡ ਬਹੁਤ ਸਾਰੇ ਪਲਾਨਸ ਹੈਗੇ ਆ। ਬਟ ਆਈ ਥਿੰਕ ਮੈਂ ਕਦੇ ਪਲੈਨਿੰਗ ਬਹੁਤ ਜ਼ਿਆਦਾ ਨਹੀਂ ਕਰਦੀ, ਔਰ ਮੈਨੂੰ ਹਾਲੇ ਤੱਕ ਵੀ ਇੱਥੇ ਰੱਬ ਨੇ ਪਹੁੰਚਾਇਆ ਆ, ਸਾਰੇ ਓਪਰਚੁਨਿਟੀਜ਼ ਮੈਨੂੰ ਰੱਬ ਵੱਲੋਂ ਮਿਲੀਆਂ ਅਤੇ ਅੱਗੇ ਵੀ ਮੇਰਾ ਕੰਮ ਹੈ ਮਿਹਨਤ ਕਰਨਾ, ਅਤੇ ਆਈ ਐਮ ਸ਼ੋਰ ਕਿ ਮੈਨੂੰ ਇਸ ਤੋਂ ਵੀ ਬੈਟਰ ਓਪਰਚੁਨਿਟੀਜ਼ ਮਿਲਣਗੀਆਂ ਅਤੇ ਦੇਖਦੇ ਹਾਂ। ਬਟ ਫਿਲਹਾਲ ਸਾਰਾ ਜ਼ੋਰ ਜਿਹੜਾ ਨਾ ਉਹ ਅੜਬ ਮੁਟਿਆਰਾਂ 'ਤੇ ਲੱਗਿਆ ਹੋਇਆ। ਸੋ ਬਾਈ ਜੀ ਦਰਸ਼ਕਾਂ ਨੂੰ ਐਂਡ ਦੇ ਵਿੱਚ ਕੀ ਅਪੀਲ ਕਰਨਾ ਚਾਹੋਗੇ ਫਿਲਮ ਦੇ ਬਾਰੇ? ਅਤੇ ਮੈਂ ਸਾਰਿਆਂ ਨੂੰ ਉਹੀ ਕਹਿਣਾ ਚਾਹੁੰਦਾ ਕਿ ਤੁਸੀਂ ਸਾਰੇ ਜਣੇ ਆਪਣੀ ਫੈਮਲੀਜ਼ ਨਾਲ ਇਹ ਮੂਵੀ ਦੇਖਣ ਜਾਓ, ਇਹ ਫੈਮਲੀ ਐਂਟਰਟੇਨਰ ਹੈ, ਇਹ ਇੱਕ ਇਹੋ ਜਿਹੀ ਮੂਵੀ ਹੈ ਜਿਹੜੀ ਸਾਰੇ ਇੰਡਸਟਰੀ ਦੇ ਬੈਰੀਅਰਸ ਤੋੜਦੀ ਹੈ। ਸਿਰਫ ਮੇਲ ਡੋਮੀਨੈਂਟ ਇੰਡਸਟਰੀ ਵਿੱਚ ਇੱਕ ਤਰ੍ਹਾਂ ਦੀ ਮੂਵੀ ਹੈ ਜਿਹੜੀ ਇੱਕ ਫੀਮੇਲ ਲੀਡ ਕਰ ਰਹੀ ਹੈ ਅਤੇ ਇੱਕ ਨਵਾਂ ਐਗਜ਼ਾਮਪਲ ਸੈੱਟ ਕਰ ਰਹੀ ਹੈ। ਇਹ ਤੁਸੀਂ ਸਾਰੀ ਆਪਣੀ ਫੈਮਿਲੀ ਨਾਲ ਜਾ ਕੇ ਦੇਖ ਸਕਦੇ ਹੋ, ਨਾਲੇ ਮੇਰੀ ਡੈਬਿਊ ਫਿਲਮ ਹੈ, ਤੁਸੀਂ ਮੈਨੂੰ ਸਪੋਰਟ ਕਰੋ, ਪਲੀਜ਼ ਦੇਖਣ ਜਾਓ 18 ਅਕਟੂਬਰ ਨੂੰ ਅੜਬ ਮੁਟਿਆਰਾ। ਨਹੀਂ ਇਹਨਾਂ ਨੇ ਸਭ ਕੁਛ ਕਹਿਤਾ ਪਹਿਲੀ ਗੱਲ ਤਾਂ, ਸਾਰੇ ਜਣਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਟ੍ਰੇਲਰ ਨੂੰ ਗਾਣੇ ਨੂੰ ਵੀ ਬਹੁਤ ਸਪੋਰਟ ਕੀਤੀ ਜਦੋਂ ਜ਼ਰੂਰਤ ਸੀਗੀ, ਸੋ ਥੈਂਕ ਯੂ ਸੋ ਮੱਚ ਉਹਦੇ ਲਈ। ਅਤੇ ਬਾਕੀ ਸਾਡੀ ਫਿਲਮ ਪੂਰੇ ਪਰਿਵਾਰ ਨਾਲ ਬੈਠ ਕੇ ਤੁਸੀਂ ਇੰਜੋਏ ਕਰੋਗੇ, ਯਾਰਾਂ ਦੋਸਤਾਂ ਨਾਲ ਤੁਸੀਂ ਇੰਜੋਏ ਕਰੋਗੇ, ਔਰ ਮੈਂ ਇੰਨਾ ਕੁ ਜ਼ਰੂਰ ਕਹਿ ਸਕਦੀ ਤੁਸੀਂ ਇੱਕ ਵਾਰ ਨਹੀਂ ਦੋ ਵਾਰੀ ਜਾਓਗੇ ਦੇਖਣ, ਇੰਨਾ ਕੁ ਮੈਨੂੰ ਕੌਨਫੀਡੈਂਟ ਹੈਗਾ ਇਸ ਫਿਲਮ 'ਤੇ। ਅਤੇ 18 ਅਕਟੂਬਰ ਅੜਬ ਮੁਟਿਆਰਾਂ ਸਾਡੀ ਫਿਲਮ ਤੁਹਾਡੀ ਹੋ ਜਾਣੀ ਹੈ, ਸੋ ਪਲੀਜ਼ ਸਪੋਰਟ ਅਸ ਐਂਡ ਵਾਚ ਆਰ ਫਿਲਮ 18 ਅਕਟੂਬਰ ਅੜਬ ਮੁਟਿਆਰਾਂ। ਸੋ ਮੈਮ ਅਸੀਂ ਵੀ ਪੰਜਾਬੀ ਫਰੰਟ ਵੱਲੋਂ ਆਸ ਕਰਦੇ ਹਾਂ ਤੁਹਾਡੀ ਫਿਲਮ ਜਿੰਨੀ ਤੁਸੀਂ ਮਿਹਨਤ ਕੀਤੀ ਹੈ ਸੁਪਰ ਡੂਪਰ ਹਿੱਟ ਜਾਵੇ। ਪੰਜਾਬੀ ਫਰੰਟ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਬਣੇ ਰਹੋ ਜੀ ਪੰਜਾਬੀ ਫਰੰਟ ਦੇ ਨਾਲ।